ਤੁਸੀਂ ਸੁਣਿਆ ਇੰਡੀਆ ਦੇ ਵਿੱਚ ਭਗਤ ਰਵਿਦਾਸ ਦਾ ਮੰਦਿਰ ਗਿਰਾਤਾ ਹੈ, ਸੁਣਿਆ ਸਾਰਿਆਂ ਨੇ? ਕਿਸ ਲੈਵਲ ਤੋਂ ਚੁੱਕਦੀ ਤੁਹਾਡੀ ਸੁਰਤੇ ਨੂੰ? ਕੋਈ ਚਿੱਤ ਦਿਓ, ਕਦੀ ਲੰਮੇ ਲੰਮੇ ਪਏ, ਕਦੀ ਇਸ ਤਰ੍ਹਾਂ ਦੀ ਸੁਰਤ ਵਿੱਚ ਕਹਾਣੀ ਬਣਾਉਂਦੇ ਵੀ ਚੇਨ ਕੀ ਚੱਲ ਰਹੀ? ਕਦੀ ਸ੍ਰੀ ਅਕਾਲ ਤਖਤ ਸਾਹਿਬ ਦਾ ਡੱਠਣਾ ਪਤਾ ਲੱਗ ਰਿਹਾ? ਉਹੀ ਸੋਚ ਹੈ ਨਾ, ਉਹੀ ਸੋਚ ਹੈ ਨਾ ਜੀ, ਬੋਲੋ ਨਾ ਗੁਰੂ ਕੇ ਸਿੱਖੋ। ਕਦੀ ਗੁਰਦੁਆਰਾ ਗਿਆਨ ਗੋਦੜੀ ਦਾ ਸਫਾਈ ਕਰ ਦੇਣੀ, ਹੈ ਹੀ ਨਹੀਂ ਸੀ ਗੁਰਦੁਆਰਾ ਇੱਥੇ। ਕਦੀ ਲੱਦਾਖ ਵਿੱਚ ਗੁਰਦੁਆਰਾ ਡਾਂਗਮਾਰ ਸਾਹਿਬ ਮਿਟਾ ਦੇਣਾ। ਇੱਕ ਕੜੀ ਹੈ, ਉੱਲੂ ਨੂੰ ਤਿੰਨ ਚਾਰ ਕੈਮਰਿਆਂ ਵਾਲਿਆਂ ਨੇ ਆਣ ਕੇ ਆਖਿਆ, ਉੱਲੂ ਨੂੰ ਪਕੜਦੇ ਹੋ? ਉੱਲੂ ਨੂੰ ਕਿਹਾ ਵੀ ਤੇਰੀ ਇੰਟਰਵਿਊ ਲੈਣੀ। ਉੱਲੂ ਨੂੰ ਸਿੱਧੇ ਹੋ ਕੀ? ਤੇ ਉਹ ਕਹਿੰਦਾ ਕਿਸ ਵਿਸ਼ੇ ਤੇ? ਉਹ ਕਹਿੰਦੇ ਸੂਰਜ ਤੇ। ਨਹੀਂ ਪਤਾ ਲੱਗਾ ਕਿਸ ਸਬਜੈਕਟ ਤੇ ਲੈਣੀ, ਟੌਪਿਕ ਕੀ ਆ? ਸੂਰਜ। ਉਹ ਕਹਿੰਦਾ ਵਿਅਰਥ ਸਮਾਂ ਨਾ ਗਵਾਇਓ, ਸੂਰਜ ਤੇ ਹੁੰਦਾ ਹੀ ਨਹੀਂ। ਕਿਹਨੇ ਕਿਹਾ? ਕਿਉਂ? ਉਹਨੇ ਕਦੀ ਸੂਰਜ? ਇਹ ਜਿੰਨਾ ਇੱਲੂ ਸੋਚ ਆ, ਉੱਲੂ ਵਾਲੀ ਸੋਚ ਆ ਹਿੰਦੁਸਤਾਨ ਦੇ ਹਾਕਮ ਦੀ, ਇਹਨੇ ਗੁਰੂ ਨਾਨਕ ਸਾਹਿਬ ਦੇ ਗਿਆਨ ਦਾ, ਰਵਿਦਾਸ ਦੇ ਗਿਆਨ ਦਾ, ਕਬੀਰ ਸਾਹਿਬ ਦੇ ਗਿਆਨ ਦਾ, ਭਗਤ ਨਾਮਦੇਵ ਸਾਹਿਬ ਦੇ ਗਿਆਨ ਦਾ ਸੂਰਜ ਕਦੀ ਵੇਖਿਆ ਹੀ ਨਹੀਂ। ਇਹ ਕਹਿੰਦੇ ਵੀ ਜਿਹਨੂੰ ਲੋਕ ਸੂਰਜ ਕਹਿੰਦੇ, ਕਿਉਂ ਨਾ ਮਿਟਾ ਦਈਏ, ਤੁਸੀਂ ਪਕੜ ਨਹੀਂ ਰਹੇ। ਇਹ ਕੀ ਕਹਿੰਦੇ ਵੀ ਜਿਹਨੂੰ ਲੋਕ, ਜਿਹੜੇ ਸੂਰਜ ਨੇ ਨਿਕਲਣਾ ਹੈ ਅਤੇ ਲੋਕਾਂ ਮੇਰਾ ਮੂੰਹ ਵੇਖਣਾ ਹੈ? ਨਹੀਂ ਪਤਾ ਲੱਗਾ ਵੀ ਮੈਂ ਕਿੰਨਾ ਕਰੂਪ ਹਾਂ। ਤੁਸੀਂ ਕਦੀ ਉੱਲੂ ਵੇਖਿਆ ਕਿ ਨਹੀਂ? ਕਿਸੇ ਨੇ ਜਿਹਨੇ ਵੇਖਿਆ ਉਹਦੀ ਸ਼ਕਲ ਕਿੰਨੀ ਕਰੂਪ ਹੁੰਦੀ। ਉਹ ਕਹਿੰਦਾ ਕਿਉਂ ਨਾ ਉਹ ਸੂਰਜ ਮਿਟਾ ਦਿੱਤਾ ਜਾਵੇ ਜਿਹੜਾ ਚੜ੍ਹੇ ਅਤੇ ਲੋਕ ਮੇਰਾ, ਅਜੇ ਤਾਂ ਹਨੇਰੇ ਦੇ ਵਿੱਚ ਲੋਕ ਸੋਚਦੇ ਪਤਾ ਨਹੀਂ ਕਿੱਡਾ ਕਸੂਰਮਾ ਹੈ। ਜਿੱਦਣ ਤੋਂ ਮੇਰੇ ਜਗਤ ਗੁਰੂ ਨਾਨਕ ਸਾਹਿਬ ਦੀਨ ਦੁਨੀਆ ਦੇ ਮਾਲਕ ਨੇ ਕਿਹਾ ਮੈਂ ਜਨੇਊ ਨਹੀਂ ਪਾਉਣਾ, ਅਤੇ ਭਗਤ ਰਵਿਦਾਸ ਜੀ ਨੇ ਕਿਹਾ ਮੈਂ ਗੰਗਾ ਵਿੱਚ ਇਸ਼ਨਾਨ ਨਹੀਂ ਕਰਨਾ, ਧਿਆਨ ਦਿਓ ਜੀ, ਅਤੇ ਭਗਤ ਕਬੀਰ ਨੇ ਕਿਹਾ ਮੈਂ ਗੰਗਾ ਵਿੱਚ ਬੋਲੋ ਨਹੀਂ ਕਰਨਾ, ਤੁਹਾਡੇ ਲਈ ਗੰਗਾ ਹੋ ਗਈ, ਮੇਰੇ ਲਈ ਕੀ ਆ? ਮੇਰੇ ਲਈ ਗੰਗਾ ਜਲ ਗੁਰ ਗੋਬਿੰਦ ਨਾਮ, ਗੰਗਾ ਜਲ ਗੁਰ, ਮੇਰੇ ਲਈ ਆ ਨਾਮ ਹੀ ਗੁਰੂ ਦਾ ਜਿਹੜਾ ਇਹ ਇਹ ਹੀ ਅੰਦਰ ਦੀ ਪਵਿੱਤਰਤਾ ਕਰਨ ਵਾਲਾ ਹੈ। ਤੁਹਾਨੂੰ ਪਰਮਿਆ, ਤੁਹਾਨੂੰ ਮੁਬਾਰਕ, ਮਗਰ ਮੇਰੇ ਲਈ ਗੰਗਾ ਕੀ ਹੈ? ਮੇਰੇ ਲਈ ਗੰਗਾ ਹੈ ਪਰਮੇਸ਼ਵਰ ਦਾ ਨਾਮ ਜਪਣਾ। ਆਖੋ ਵਾਹਿਗੁਰੂ ਸੋ ਨਿਰਮਲ ਜੋ ਨਿਰਮਲ ਹਰ ਗੁਣ ਗਾਵੇ। ਨਿਰਮਲ ਕੌਣ ਆ? ਜਿਹੜਾ ਨਿਰਮਲ ਹਰੀ ਦੇ ਗੀਤ ਗਾਉਂਦਾ ਹੈ। ਅਤੇ ਉਸ ਸੋਚ ਨੇ ਇੱਕੋ ਜਿਹੀ ਹਰਕਤ ਕੀਤੀ, ਗੁਰੂ ਕੇ ਸਿੱਖੋ, ਅਤੇ ਇਹਨੂੰ ਤੁਸੀਂ ਲਾਈਟਲੀ ਨਾ ਲੈਣਾ ਵੀ ਉਹਨਾਂ ਦਲਤਾਂ ਨਾਲ ਹੋਇਆ। ਕੱਲ੍ਹ ਤੁਹਾਡੇ ਨਾਲ ਹੋਇਆ ਸੀ, ਕਦੀ ਬਾਬਰੀ ਮਸਜਿਦ ਢੱਠ ਗਈ? ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ, ਕੀ ਢੱਠ ਗਈ? ਬਾਬਰੀ ਮਸਜਿਦ ਢੱਠ ਗਈ। ਹੁਣ ਆਵਾਜ਼ ਉੱਠੀ ਆ ਵੀ ਜਾਮਾ ਮਸਜਿਦ ਢਾ ਦਿਓ। ਜਿੱਥੋਂ ਜਿੱਥੋਂ ਤੱਕ ਸੱਚ ਦੀ ਆਵਾਜ਼ ਉੱਠੂਗੀ ਇਹ ਉਹਨੂੰ ਮਿਟਾਉਣਾ ਚਾਹੁਣਗੇ, ਕਿਉਂਕਿ ਝੂਠ ਆ ਨਾ, ਅਤੇ ਝੂਠ ਸੱਚ ਕੋਲੋਂ ਬੜਾ ਡਰਦਾ ਹੈ, ਭੈ ਭੀਤ ਆ। ਹੋਰ ਗੱਲ ਕੋਈ ਨਹੀਂ ਗੀ, ਵੈਰ ਕੋਈ ਨਹੀਂ, ਕੋਈ ਖਾਣ ਨਹੀਂ ਡਿਆ, ਮੁਸਲਮਾਨ ਇਹਨਾਂ ਨੂੰ ਖਾਣ ਨਹੀਂ ਡਿਆ, ਰਵਿਦਾਸੀ ਇਹਨਾਂ ਨੂੰ ਖਾਣ ਨਹੀਂ ਡਏ, ਕਬੀਰਪੰਥੀ ਇਹਨਾਂ ਨੂੰ ਖਾਣ ਨਹੀਂ ਡਏ, ਸਿੱਖ ਇਹਨਾਂ ਨੂੰ ਖਾਣ ਨਹੀਂ ਡਏ। ਇਹਨਾਂ ਦੀ ਵਿਚਾਰਧਾਰਾ ਤੋਂ, ਥੋਥੀ ਵਿਚਾਰਧਾਰਾ ਨੂੰ ਕੀ ਹੈ? ਡਰ ਆਉਂਦਾ ਹੈ।